ਦੇਵਪ੍ਰਯਾਗ ਪਹੁੰਚ ਚੁੱਕੇ ਆ ਜੀ। ਇਹ ਦੋ ਨਦੀਆਂ ਆ ਰਹੀਆਂ ਨੇ, ਇੱਕ ਇਹਲਾ ਵਿੱਚੋਂ ਅਲਕਨੰਦਾ ਵਾ ਆਹ ਵਾਲੀ ਸਾਈਡ, ਅਤੇ ਦੂਸਰੀ ਹੈ ਬਾਗੀਰਥੀ। ਜਿਹੜੀ ਅਲਕਨੰਦਾ ਉਹ ਆਉਂਦੀ ਆ ਬਦਰੀਨਾਥ ਤੋਂ, ਅਤੇ ਜਿਹੜੀ ਬਾਗੀਰਥੀ ਆ ਉਹ ਆਉਂਦੀ ਆ ਗੰਗੋਤਰੀ ਤੋਂ। ਇਹ ਜਗ੍ਹਾ 'ਤੇ ਇਹਨਾਂ ਦੋਨਾਂ ਦਾ ਸੰਗਮ ਹੁੰਦਾ, ਅਤੇ ਮੈਂ ਤੁਹਾਨੂੰ ਸ਼ਾਇਦ ਜ਼ੂਮ ਕਰਕੇ ਨਹੀਂ ਇਹਦੇ ਵਿੱਚ ਆਏਗਾ, ਬੈਕ ਕੈਮਰੇ ਤੋਂ ਮੈਂ ਤੁਹਾਨੂੰ ਦਿਖਾ ਦਿੰਦਾ। ਹਾਂਜੀ, ਅਸੀਂ ਚੱਲੇ ਹਾਂ ਜੀ ਹੇਮਕੁੰਡ ਸਾਹਿਬ ਦੀ ਯਾਤਰਾ 'ਤੇ। ਅੱਜ ਡੇਟ ਹੈਗੀ ਆ 23 ਮਈ 2022, ਅਤੇ ਕੱਲ੍ਹ 22 ਤਰੀਕ ਨੂੰ ਆਪਣੇ ਹੇਮਕੁੰਡ ਸਾਹਿਬ ਦਾ ਕਵਾੜ ਖੁੱਲ੍ਹ ਗਏ ਨੇ, ਯਾਨੀ ਕਿ ਯਾਤਰਾ ਸਟਾਰਟ ਹੋ ਚੁੱਕੀ ਆ। ਅੱਜ ਅਸੀਂ 23 ਤਰੀਕ ਤੋਂ ਪੰਜਾਬ ਤੋਂ ਚੱਲੇ ਹਾਂ, ਅਤੇ ਹੁਣ ਤਕਰੀਬਨ ਅਸੀਂ ਅੰਬਾਲੇ ਸ਼ਹਿਰ ਨੂੰ ਕ੍ਰੋਸ ਕਰ ਲਿਆ। 2 ਵਜੇ ਦੇ ਆਸ ਪਾਸ ਅਸੀਂ ਚੱਲੇ ਸੀਗੇ, ਅਤੇ ਤਕਰੀਬਨ ਆਈਡੀਆ ਹੈਗਾ ਵੀ 8, 8:30, 9 ਵਜੇ ਤੱਕ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਜਾ ਕੇ ਪਹੁੰਚ ਜਾਂਗੇ ਅੱਜ। ਅਤੇ ਉੱਥੋਂ ਫਿਰ ਕੱਲ੍ਹ ਨੂੰ ਪਾਇਆ ਅਸੀਂ ਗੱਡੀ, ਯਾਨੀ ਕਿ ਜਿਹੜਾ ਸੋਚਿਆ ਵੀ ਉੱਥੇ ਹੀ ਛੱਡ ਦਾਂਗੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ, ਕਿਉਂਕਿ ਅੱਗੇ ਬਰਸਾਤਾਂ ਬਹੁਤ ਜ਼ਿਆਦਾ ਨੇ, ਅਤੇ ਉਹਦੇ ਕਰਕੇ ਫਿਰ ਉੱਥੋਂ ਅਸੀਂ ਬੱਸ ਦੇ ਨਾਲ ਅੱਗੇ ਦਾ ਆਪਣਾ ਸਫ਼ਰ ਸ਼ੁਰੂ ਕਰਾਂਗੇ। ਅਤੇ ਤੁਹਾਨੂੰ ਸਾਰੀ ਯਾਤਰਾ ਦੀ ਡਿਟੇਲ ਦੇਵਾਂਗੇ ਕਿ ਰਾਸਤੇ ਕਿਹੋ ਜਿਹੇ ਆ, ਅਤੇ ਹੁਣ ਮੌਸਮ ਕਿਹੋ ਜਿਹਾ ਉੱਥੋਂ ਦਾ, ਤੁਹਾਨੂੰ ਕਿਹੜੇ ਕਿਹੜੇ ਕੱਪੜੇ ਲੈ ਕੇ ਆਉਣੇ ਚਾਹੀਦੇ ਆ ਨਾਲ, ਅਤੇ ਤੁਸੀਂ ਕਿੰਨੇ ਦਿਨ ਤੁਹਾਡੇ ਯਾਤਰਾ ਦੇ ਵਿੱਚ ਲੱਗ ਸਕਦੇ ਆ, ਅਤੇ ਪੂਰੀ ਤੁਹਾਨੂੰ ਡਿਟੇਲ ਦੇਵਾਂਗੇ, ਅਤੇ ਕਿੱਦਾਂ ਕਿੱਦਾਂ ਤੁਸੀਂ ਮੈਨੇਜ ਕਰਨਾ ਉਹ ਚੀਜ਼ ਨੂੰ ਜੇ ਤੁਹਾਨੂੰ ਸਾਰਾ ਦੱਸਾਂਗੇ। ਅਤੇ ਜਿਵੇਂ ਵੀ ਰਾਸਤੇ ਦਾ ਅੱਗੇ ਦਾ ਹੋਊਗਾ, ਸਾਰਾ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਿਆਂ ਤੋਂ ਲੈ ਕੇ ਰਹਿਣ ਦਾ, ਅਤੇ ਜਾਂ ਉੱਦਾਂ ਵੀ ਮੈਡੀਕਲ ਕੰਡੀਸ਼ਨ ਜਿਵੇਂ ਕਿ ਡਿਸਪੈਂਸਰੀ ਵਗੈਰਾ ਸਾਰੇ ਤੁਹਾਨੂੰ ਉਹਦੇ ਵਿੱਚ ਇਸ ਵੀਡੀਓ ਦੇ ਵਿੱਚ ਪੂਰੀ ਨੌਲੇਜ ਦੇਵਾਂਗੇ। 2 ਤੋਂ 3 ਜਾਂ 4 ਪਾਰਟ ਬਣਨਗੇ ਵੀਡੀਓ ਦੇ, ਅਤੇ ਤੁਸੀਂ ਜ਼ਰੂਰ ਦੇਖਿਓ। ਰਿਸ਼ੀਕੇਸ਼ ਜਾ ਕੇ ਪਹਿਲਾਂ ਸ਼ਾਮ ਨੂੰ ਅਸੀਂ ਪਹੁੰਚਦੇ, ਤੁਹਾਨੂੰ ਰਿਸ਼ੀਕੇਸ਼ ਵੀ ਦਿਖਾਉਂਦੇ ਹਾਂ ਫਿਰ, ਅਤੇ ਜਿੱਦਾਂ ਦਾ ਹੋਊਗਾ ਨਾਲ ਜੁੜੇ ਰਹੋ, ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਧੰਨਵਾਦ। ਸਾਨੂੰ ਜੀ ਤਕਰੀਬਨ ਤੁਰਿਆਂ ਨੂੰ 4 ਤੋਂ 4.5 ਘੰਟੇ ਹੋ ਗਏ, ਅਤੇ ਅਸੀਂ ਹੁਣ ਮੇਰੇ ਖਿਆਲ ਸਹਾਰਨਪੁਰ ਦੇ ਨੇੜੇ ਤੇੜੇ ਹਾਂ, ਅਤੇ ਤਕਰੀਬਨ ਮੌਸਮ ਇੱਥੋਂ ਦਾ ਕਾਫੀ ਆਪਣਾ ਫਰਕ ਪੈ ਚੁੱਕਿਆ ਵਾ, ਅਤੇ ਸ਼ਾਮ ਦੇ 6:30 ਦਾ ਟਾਈਮ ਹੋ ਚੁੱਕਿਆ, ਅਤੇ ਬਾਹਰ ਟੈਂਪਰੇਚਰ ਹੈਗਾ ਤਕਰੀਬਨ 22-23 ਡਿਗਰੀ ਦੇ ਆਸ ਪਾਸ, ਅਤੇ ਪਹਾੜਾਂ ਦੀ ਪਹਿਲੀ ਝਲਕ ਸਾਨੂੰ ਦੇਖਣ ਨੂੰ ਹੁਣ ਮਿਲ ਗਈ। ਕੈਮਰੇ 'ਚ ਮੈਨੂੰ ਲੱਗਦਾ ਨਹੀਂ ਆਉਣਗੇ ਉਹ, ਅਤੇ ਤਕਰੀਬਨ ਉੱਤਰਾਖੰਡ ਦੇ ਵਿੱਚ ਮੈਂ 3 ਸਾਲ ਬਾਅਦ ਜਾ ਰਿਹਾ, ਅਤੇ ਲਾਸਟ 2 ਵਾਰ ਕੋਵਿਡ ਦੇ ਕਰਕੇ ਬੰਦ ਰਿਹਾ ਵਾ, ਉਦੋਂ ਵੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਲਈ ਆ ਹੋਇਆ, ਅਤੇ ਹੁਣ 3 ਸਾਲ ਬਾਅਦ ਜਾ ਰਿਹਾ, ਅਤੇ 14 ਜਾਂ 15 ਤੋਂ ਆਈ ਥਿੰਕ ਮੈਂ ਲਗਾਤਾਰ ਆਇਆ ਸੀ ਹੇਮਕੁੰਡ ਸਾਹਿਬ, 18 ਜਾਂ 19 ਤੱਕ, ਹਾਂਜੀ, ਉਦੋਂ ਬਾਅਦ 20-21 ਨਹੀਂ ਆ ਹੋਇਆ। ਹਾਂਜੀ, ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਰਿਸ਼ੀਕੇਸ਼, ਹੇਮਕੁੰਡ ਸਾਹਿਬ ਰਿਸ਼ੀਕੇਸ਼ ਦੇ ਵਿੱਚ। ਤਕਰੀਬਨ ਹੁਣ ਟਾਈਮ ਹੋ ਚੁੱਕਿਆ ਸ਼ਾਮ ਦੇ 10:30 ਦੇ ਆਸ ਪਾਸ, ਅਤੇ ਪ੍ਰਸ਼ਾਦਾ ਪਾਣੀ ਅਜੇ ਛਕਣਾ, ਰਸ਼ ਕਾਫੀ ਜ਼ਿਆਦਾ ਵਾ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ। ਤਕਰੀਬਨ ਸਾਰੀ ਪਾਰਕਿੰਗ ਵੀ ਫੁੱਲ ਆ, ਅਤੇ ਰੂਮ ਲੈ ਲਿਆ ਹੁਣ ਚੇਂਜ ਕਰਕੇ, ਕਿਉਂਕਿ ਸੁਬਾਹ ਵੀ ਜਲਦੀ ਰੁਕਣਾ, ਹੁਣ ਟਾਈਮ ਨਾਲ ਸੌਣ ਦੀ ਕੋਸ਼ਿਸ਼ ਕਰਦੇ ਹਾਂ। ਬਾਕੀ ਤੁਹਾਨੂੰ ਸੁਬਾਹ ਦਿਖਾਵਾਂਗੇ ਜੋ ਰਸਤੇ ਦੇ ਨਜ਼ਾਰੇ, ਕਿਉਂਕਿ ਹੁਣ ਤਾਂ ਰਾਤ ਕਾਫੀ ਜ਼ਿਆਦਾ ਹੋ ਗਈ ਸੀ, ਕੁਝ ਤੁਹਾਨੂੰ ਦਿਖਾਉਣ ਨੂੰ ਵੀ ਕੁਝ ਇੱਦਾਂ ਦਾ ਹੈ ਨਹੀਂ ਸੀਗਾ। ਅਤੇ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇਕਰ ਤੁਸੀਂ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਂਦੇ ਹੋ, ਤਾਂ ਤੁਸੀਂ ਉੱਤਰਾਖੰਡ ਟੂਰਿਜ਼ਮ ਐਪ ਨੂੰ ਇੰਸਟਾਲ ਕਰਿਓ ਆਪਣੇ ਫੋਨ ਦੇ ਵਿੱਚ। ਜਿੱਥੋਂ ਤੱਕ ਲੱਗਦਾ ਕਿ ਉਹ ਫੋਨ ਜਿਹੜੀ ਐਪ ਆ ਉਹ ਐਂਡਰਾਇਡ ਫੋਨ ਦੇ ਵਿੱਚ ਹੀ ਚੱਲਦੀ ਹੈ, ਅਤੇ ਕੋਸ਼ਿਸ਼ ਕੀਤੀ ਸੀ ਅਸੀਂ ਐਪਲ ਦੇ ਵਿੱਚ ਉਹ ਫੋਨ ਜਾਣੀ ਕਿ ਇੰਸਟਾਲ ਨਹੀਂ ਹੋਈ ਹੋਈ ਹੈ, ਪਤਾ ਨਹੀਂ ਕੋਈ ਟੈਕਨੀਕਲ ਐਰਰ ਸੀ ਜਾਂ ਕੁਛ ਐਪ ਹੀ ਇੱਦਾਂ ਦੀ ਹੈ ਕਿ ਉਹਦੇ ਫੋਰਮੈਟ ਦੇ ਹਿਸਾਬ ਦੇ ਨਾਲ ਨਹੀਂ ਬਣੀ ਹੋਈ, ਐਪਲ ਦੇ ਫੋਨ ਦੇ ਫੋਰਮੈਟ ਦੇ ਹਿਸਾਬ ਨਾਲ। ਅਤੇ ਉਹ ਐਪ ਦੇ ਉੱਪਰ ਤੁਸੀਂ ਰਜਿਸਟਰ ਕਰ ਸਕਦੇ ਹੋ ਵੀ ਆਪਣਾ ਮੇਰੀ ਏਜ ਕੀ ਆ, ਉਹ ਐਪ ਡਾਊਨਲੋਡ ਕਰੋ, ਉਹਦੇ ਵਿੱਚ ਆਪਣਾ ਡਾਟਾ ਪਾਓ ਵੀ ਸਾਰਾ, ਆਪਣਾ ਨਾਮ ਨੰਬਰ, ਤੁਹਾਨੂੰ ਇੱਕ OTP ਆਏਗਾ ਉਸ ਦੇ ਵਿੱਚ, ਫਿਰ ਤੁਸੀਂ ਐਪ ਦੇ ਵਿੱਚ ਸਿਲੈਕਟ ਕਰ ਸਕਦੇ ਹੋ ਕਿ ਤੁਸੀਂ ਫੈਮਿਲੀ ਦੇ ਨਾਲ ਜਾ ਰਹੇ ਹੋ ਜਾਂ ਤੁਹਾਡਾ ਕੋਈ ਆਪਣਾ ਤੁਸੀਂ ਇਕੱਲੇ ਹੋ ਜਾਂ ਤੁਹਾਡਾ ਕੋਈ ਗਰੁੱਪ ਆ। ਅਤੇ ਉਹ ਇੱਕ ਬੰਦਾ ਐਪ ਇੰਸਟਾਲ ਕਰਕੇ ਘੱਟ ਤੋਂ ਘੱਟ 5 ਤੋਂ 10 ਬੰਦਿਆਂ ਦੇ ਉਹ ਐਪ ਦੇ ਵਿੱਚ ਐਂਟਰੀ ਪਾ ਸਕਦਾ, ਅਤੇ ਐਪ ਦੇ ਵਿੱਚ ਸਾਰਾ ਕੁਛ ਉਹ ਜ਼ਰੂਰੀ ਆ, ਕੰਪਲਸਰੀ ਆ। ਅਤੇ ਜਦੋਂ ਤੁਸੀਂ ਰਿਸ਼ੀਕੇਸ਼ ਤੋਂ ਹੇਮਕੁੰਡ ਸਾਹਿਬ ਦੇ ਲਈ ਨਿਕਲੋਗੇ ਤਾਂ ਤੁਹਾਨੂੰ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ 5-7 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਤੁਹਾਨੂੰ ਪੁਲਿਸ ਵਾਲੇ ਰੋਕ ਕੇ ਉਹ ਤੁਹਾਡੇ ਤੋਂ ਰਜਿਸਟ੍ਰੇਸ਼ਨ ਮੰਗ ਲੈਣ, ਉਹ ਬਹੁਤ ਜ਼ਿਆਦਾ ਕੰਪਲਸਰੀ ਹੈ, ਜ਼ਰੂਰੀ। ਜੇ ਤੁਹਾਡੇ ਕੋਲ ਨਹੀਂ ਹੋਵੇਗੀ ਜਾਂ ਤੁਸੀਂ ਹੇਮਕੁੰਡ ਸਾਹਿਬ ਨਹੀਂ ਜਾ ਸਕੋਗੇ, ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਅਤੇ ਤੁਸੀਂ ਆਪਣੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ, ਬਟ ਉਹਦਾ ਟਾਈਮ ਹੈ 9 ਵਜੇ ਦਾ, 9 ਵਜੇ ਉਹ ਸਾਈਟ ਮੈਨੂਅਲੀ ਬੰਦ ਹੋ ਜਾਂਦੀ ਹੈ। ਜੇਕਰ ਤੁਸੀਂ ਉੱਥੇ ਆਓਗੇ ਫੋਟੋ ਕਰਵਾਓ,
फोटो करवा के तुसी अपने जो मैनुअली उत्थे उत्तराखंड टूरिज्म डिपार्टमेंट के उत्थे दो तीन लड़के बैठे होंगे ने वह करते हैं, बट उन्हों का टाइम आ 9 बजे तक वो साइट ऑन मैनुअली बंद हो जाती है। उस तो बाद जेकर तुसी करनी है तो तुसी अपने फोन दे विच ऐप इंस्टॉल करके वो कर सकते हो। इन्नी की जानकारी सी जे तुहानूं दसी, ते कल तुहानूं ऋषिकेश तो लैके गोबिंद घाट तक का सारा रास्ता दिखावांगे। बाद तकरीबन 6:15 हो चुके ने ते असी ऋषिकेश तो हुण चलन लगे हां, ते इस टाइम इत्थों दा टैंपरेचर 22 डिग्री दे आसपास है, ते तकरीबन सुबह 4:30 तो इत्थे मीं लगातार पै रहा, ते जिवें सुन दे विच वी आ आया वा, ते वैदर भी चैक कीता ते वी उप्पर काफ़ी बर्फबारी हो रही है हेमकुंड साहिब दे विच। तो हुण असीं इत्थों ऋषिकेश गुरद्वारा साहिब तो चलन लगे हाँ, थोड़ा जिहा लेट हो गए, पर कोई गल नहीं, उस हिसाब नाल चलो अपना कन्विंस आ। जेकर आपां किसे इत्थों बस या उदा टैक्सी हायर करदे तां थोड़ा जल्दी निकलना पैंदा, जेकर तुहाडे कोल कन्विंस आ तुसीं 6:15-6:30 तक निकल सकदे हो, बाद भी निकल सकदे हो, पर रोड की कंडीशन देख के तो यही है भी आपां जिन्ना पहलां चलीए उन्ना ही बैटर आ। वैसे सुण दे विच आया कि चार धाम यात्रा नूं लैके रोड काफ़ी वधिया बन चुके ने, अपने ऋषिकेश तो लैके जिहड़े बद्रीनाथ ते अपने गुरद्वारा गोबिंद धाम तक घाट तक। तो बाकी तुहानूं रोड बारे भी दस्सांगे, तो गुरद्वारा साहब भी तुसीं विच शॉट देख के दर्शन कर ही ले होणगे, तो बाकी हुण रास्ते दे विच तुहानूं सारी कंडीशन दस्सी चल। तो सानू चलिया नहीं तकरीबन 2 घंटे हो गए, एक चीज़ तुम दसनी भुल गए, जो तुम ऋषिकेश गुरद्वारा साहब तो चलते हो तो 2 घंटे बाद कोल्ड छापिया का पकौड़िया का लंगर एक मिलता, तो असं उ पकौड़े तो छक ले, तो वह वीडियो बनाने उत्थे भुल गए, तो सोचा तुम दस दिए कि ऋषिकेश जे तुम क्योंकि आप तकरीबन टाइम ना ही चलते हैं, तो कुछ खाण का नहीं भी सुबह सुबह भुख लगती तो बंदा चाह पानी पी के तुर पैंदा, तां तुसीं उह चीज़ का फिक्र ना करो। तुसीं उत्थे ऋषिकेश तो चलण तो बाद 2 घंटे बाद कोल्ड छापिआं दा चाह पकौड़िआं दा लंगर आ, उत्थे पकौड़े वगैरह तुसीं छक सकदे हो। तो इस टाइम असीं रस्ते दे विच आ, तो मैं तुहानूं दिखा दिंदा, तो मौसम काफ़ी ज़्यादा खराब चल रहा जिवें आपां कह दईए, तो धुंद भी पै गई, सुबह दा 8:15 दा टाइम आ, तो बारिश लगातार जिवें जिवें असीं अगे नूं जा रहे आ वध ही रही आ। तो रोड की कंडीशन ओवरऑल हजे तक की बहुत वधिया वा, कितें कितें हल्की फुल्की लैंडस्लाइडिंग होंदी आ, तो वो पत्थर माड़े मोटे डिग रहे, पर एड्डा कोई इशू नहीं गा, बाकी सारा रोड क्लीयर आ। देवप्रयाग पहुँच चुके हैं जी, ये 2 नदियाँ आ रही ने, एक पिछों अलकनंदा वा आह वाली साइड, तो दूसरी है बागीरथी। जिहड़ी अलकनंदा वो आउंदी आ बद्रीनाथ तो, जिहड़ी बागीरथी आ वो आउंदी आ गंगोत्री तो। ये जगह पर इन दोनों का संगम हुंदा, तो मैं तुहानूं शायद जूम करके नहीं ये आएगा बैक कैमरे तो, मैं तुहानूं दिखा दिंदा, ये अलकनंदा तो भागीरथी नदी का ये जिहड़ा संगम आ जी सामने देख रहे हो, तो जिथे आ लोग इशनान कर रहे हैं। हिंदू धर्म के जगह की बहुत महानता वा, तो ये जगह के उत्ते आ के आ सामने लोग इशनान करते हैं, क्योंकि इतने 2 नगरियां नदियों का संगम हुंदा अलकनंदा तो भागीरथी का, इतों काफ़ी दूर आ, तो मैं तुहानूं दिखाउणा जूम करके। तो इतने असं खड़े हाँ, तो इन दोनों नदियों का कलर बिल्कुल अलग अलग हों, जो कि हम बिल्कुल सेम हो चुके हैं, ये एक नदी का कलर वाइट हों, एक का ब्लू शेड च हों, पर हम कह दिए बारिशों के कारण ये सेम ही हो चुके हैं। तो आ सारा देवप्रयाग है शहर जो देख रहे हो, पहुँच गए जी श्रीनगर। ये श्रीनगर आ उत्तराखंड एक आता अपने जम्मू कश्मीर के श्रीनगर, तो ये उत्तराखंड वाला श्रीनगर आ। तो मौसम हले तक भी उस तरह का ही है कि बारिशा हो रही ने लगातार, जो जो तो अं चलें तकरीबन ना ज़्यादा ना घट उन्ना उन्नी की बारिश, तो बाकी रोड की कंडीशन बहुत बैटर हूँ तक की, तो इन्ना फील नहीं हो रहा भी बारिश पै रही है, ड्राइव करने में कोई डिफिकल्टी नहीं आ रही। तो नदिया नाले ने जोड़े तकरीबन इन्ने ज़्यादा फ्लो के उपर नहीं चल रहे, जिम्मे मैं नहीं पता तो साइड पर देख रहे हैं नहीं, तो साइड इतों की जो नदी चल रही है यहाँ भी इन्ना फ्लो नहीं, पानी ये भी घट है, थोड़ा जहा कारण एक भी है कि उपर हजे जी बर्फ आ पहाड़ों के उपर, तो हजे वह चंकी तरह के खुरी नहीं, तो रोज़ बर्फबारी भी हो रही है। तकरीबन सूँ पता लगे कि परसों भी पहाड़ों के उपर जाने कि अपने बद्रीनाथ वाली साइड से हिमकुंड वाली साइड बर्फबारी हुई है, तो उपर भी मौसम मीह वाला तो बर्फबारी हो रही है लगातार। तो ये सफर के बच्चे यात्रा के बच्चे मेरे नाल ने बिट्टू भाजी जिहड़े कि तुम पहला भी कई वीडियो के मेरे ना देखे ने, हिमाचल भी गए थे उदो भी नाल से, तो मगर ने ब्लैक टी शर्ट के किंदी हरजोत इधर नवदीप, तो असी 5 जणे
ਅਤੇ ਜਿਹੜੇ ਸਫ਼ਰ ਕਰ ਰਹੇ ਹਾਂ, ਯਾਤਰਾ ਕਰ ਰਹੇ ਹਾਂ ਸ਼੍ਰੀ ਹੇਮਕੁੰਟ ਸਾਹਿਬ ਦੀ 2022 ਦੀ, ਅਤੇ ਇੱਥੋਂ ਤੱਕ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕਾਫ਼ੀ ਮੇਰੇ ਖਿਆਲ ਦਿਖਾਤਾ। ਅਸੀਂ ਸੋਚ ਰਹੇ ਹਾਂ ਵੀ ਇਹਦੇ 2-3 ਪਾਰਟ ਕਰੀਏ, ਜੇ ਵੀਡੀਓ ਲੰਬੀ ਬਣਦੀ ਤੁਸੀਂ ਤਾਂ ਵੀਡੀਓ ਨੂੰ ਇੱਥੇ ਹੀ ਅਸੀਂ ਇਹ ਵੀਡੀਓ ਨੂੰ ਕੰਪਲੀਟ ਕਰ ਦਾਂਗੇ। ਇਸ ਤੋਂ ਅੱਗੇ ਦੀ ਵੀਡੀਓ ਜੋ ਤੁਹਾਨੂੰ ਹੋਊਗੀ ਉਹ ਨਗਰਾਸੀ ਤੋਂ ਸਟਾਰਟ ਕਰਨ ਦੀ ਸੋਚ ਰਹੇ ਹਾਂ, ਉੱਥੋਂ ਸ਼ੁਰੂ ਕਰਕੇ ਗੋਬਿੰਦ ਘਾਟ 'ਤੇ ਜਾਂ ਉੱਥੇ ਤੱਕ, ਬਾਕੀ ਅੱਗੇ ਦੇਖਦੇ ਹਾਂ ਜਿੱਦਾਂ ਵੀ ਹੋਊਗਾ ਤੁਹਾਨੂੰ ਨਾਲ ਦੀ ਨਾਲ ਦੱਸੀ ਚੱਲਾਂ।